ਇੱਧਰ ਅਕਾਲੀ ਦਲ ਤਿਆਰੀ ਕਰੀ ਬੈਠਾ ਸੀਗਾ ਕਿ ਵਿਜੇ ਸਾਂਪਲ ਆਉਣ ਅਤੇ ਸ਼ਾਮਿਲ ਕਰੀਏ ਅਤੇ ਟਿਕਟ ਦੇਈਏ, ਕੰਮ ਨਿਬੇੜੀਏ। ਅਤੇ ਪਰ ਕਹਿੰਦੇ ਵਿਜੇ ਸਾਂਪਲਾ ਦੀ ਚੁੱਪੀ ਦੇ ਕੁਛ ਮਹੀਨੇ ਸੀ, ਜਾਂ ਤਾਂ ਕੋਈ ਸੁਨੇਹਾ ਲਾ ਕੇ ਭੇਜਿਆ ਸੀ ਕਿ ਇੰਨੇ ਦਿਨ ਦਾ ਇੰਤਜ਼ਾਰ ਕਰ ਲਓ, ਇੰਨੇ ਘੰਟਿਆਂ ਦਾ ਇੰਤਜ਼ਾਰ ਕਰ ਲਓ। ਅਤੇ ਉਹ ਸਭ ਦੇ ਦਰਮਿਆਨ ਫਿਰ ਸੁਨੀਲ ਜਾਖੜ ਵਿਜੇ ਸਾਂਪਲਾ ਦੇ ਘਰ ਪਹੁੰਚ ਜਾਂਦੇ ਨੇ, ਨਾਲ ਕੁਝ ਹੋਰ ਲੀਡਰ ਹੁੰਦੇ ਨੇ, ਬਿਨੀ ਜੋਸ਼ੀ ਨੂੰ ਨਾਲ ਲੈ ਕੇ ਜਾਂਦੇ ਨੇ। ਕਿਸੇ ਸਮੇਂ ਵਿਜੇ ਸਾਂਪਲਾ ਦੇ ਖਾਸ ਮੰਨੇ ਜਾਂਦੇ ਰਹੇ ਨੇ ਬਿਨੀ ਜੋਸ਼ੀ ਹੋਰੀ, ਅਤੇ ਅੱਜ ਕੱਲ੍ਹ ਪੂਰੇ ਸੁਨੀਲ ਜਾਖੜ ਦੀ ਟੀਮ 'ਚ ਕੰਮ ਕਰ ਰਹੇ ਨੇ। ਸੋ ਕਹਿੰਦੇ ਜੀ ਉਹਨਾਂ ਨੂੰ ਨਾਲ ਲੈ ਕੇ ਵਿਜੇ ਸਾਂਪਲਾ ਦੇ ਘਰ ਚਲ ਗਏ। 2 ਘੰਟੇ ਬੰਦ ਕਮਰਾ ਬੈਠਕ, ਸਾਂਪਲਾ ਦੇ ਖਾਸ ਸਮਰਥਕਾਂ ਨੂੰ ਵੀ ਨੇੜੇ ਨਹੀਂ ਆਉਣ ਦਿੱਤਾ। ਅਤੇ ਆਖਰ ਕਹਿੰਦੇ ਜੀ ਸਾਂਪਲਾ ਨੂੰ ਇਸ ਗੱਲ ਲਈ ਮਨਾ ਲਿਆ ਕਿ ਤੁਸੀਂ ਨਾ ਤਾਂ ਹੁਣ ਚੋਣ ਲੜੋਗੇ ਅਤੇ ਨਾ ਹੀ ਤੁਸੀਂ ਪਾਰਟੀ ਛੱਡੋਗੇ। ਜੀ ਹਾਂ, ਕਿਉਂਕਿ ਇੱਕ ਵਾਰ ਤਾਂ ਇਹ ਵੀ ਤੈਅ ਹੋ ਗਿਆ ਸੀ ਕਿ ਵਿਜੇ ਸਾਂਪਲਾ ਜੇ ਕਾਂਗਰਸ ਜਾਂ ਅਕਾਲੀ ਦਲ ਸ਼ਾਮਿਲ ਨਹੀਂ ਹੁੰਦੇ ਤਾਂ ਉਹ ਸਦਾ ਆਜ਼ਾਦ ਚੋਣ ਲੜਨ। ਕਹਿੰਦੇ ਉਹਨਾਂ ਦਾ ਟਾਰਗੇਟ ਸਿਰਫ ਅਤੇ ਸਿਰਫ ਸੋਮ ਪ੍ਰਕਾਸ਼ ਸੀ।